ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਪੰਜਾਬ ਟੀਵੀ ਹਜੇ ਫਰਵਰੀ ਮਹੀਨੇ ਦੇ ਵਿੱਚ ਲੁਧਿਆਣਾ ਦੇ ਨੇੜੇ ਇੱਕ ਕੁੜੀ ਦੇ ਨਾਲ ਨੌਜਵਾਨਾਂ ਵੱਲੋਂ ਸਮੂਹਿਕ ਬਲਾਤਕਾਰ ਕੀਤੇ ਜਾਣ ਦੀ ਸ਼ਰਮਨਾਕ ਘਟਨਾ ਨੂੰ ਪੰਜਾਬੀ ਭੁੱਲੇ ਹੀ ਨਹੀਂ ਸਨ ਕਿ ਮੋਹਾਲੀ ਤੋਂ ਇੱਕ ਹੋਰ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਕੁੜੀ ਦੇ ਨਾਲ ਨੌਜਵਾਨ ਵੱਲੋਂ ਉਸਨੂੰ ਲਿਫਟ ਦੇਣ ਦੇ ਬਹਾਨੇ ਸੁਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਦੇ ਨਾਲ ਰੇਪ ਕੀਤਾ ਗਿਆ। ਪੰਜਾਬ ਦੇ ਵਿੱਚ ਹਰ ਦਿਨ ਵੱਧਦੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਬੁਜ਼ਦਿਲਾਂ ਦੀਆਂ ਹਰਕਤਾਂ ਦੇ ਬਾਰੇ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਅਨਮੋਲ ਗਗਨ ਮਾਨ ਨੇ ਇਸ ਘਟਨਾ ਦੇ ਬਾਰੇ ਕੀ ਕਿਹਾ ਇਹ ਦਿਖਾਉਣ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਵੀਡੀਓ ਦੇ ਬਾਅਦ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਰਿਕੁਐਸਟ ਕਰਾਂਗੇ ਕਿ ਇਸ ਵੀਡੀਓ ਨੂੰ ਅੱਗੇ ਆਪਣੇ ਯਾਰ ਦੋਸਤਾਂ ਨੂੰ ਸ਼ੇਅਰ ਕਰੋ ਤਾਂ ਕਿ ਕੁੜੀਆਂ ਇਸ ਘਟਨਾ ਤੋਂ ਅਵੇਅਰ ਹੋ ਸਕਣ ਅਤੇ ਨਾਲ ਹੀ ਸਾਡੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਦੱਬੋ। ਸੋ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਉਸ ਵੀਡੀਓ ਦੇ ਵੱਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮੈਂ ਗੱਲਬਾਤ ਕਰਨਾ ਚਾਹੁੰਦੀ ਸੀ ਜਿਹੜਾ ਮੋਹਾਲੀ ਰੇਪ ਕੇਸ ਹੋਇਆ ਕਿਸੇ ਨੌਜਵਾਨ ਵੱਲੋਂ ਕਿਸੇ ਕੁੜੀ ਦੇ ਲਿਫਟ ਮੰਗਣ 'ਤੇ ਉਹਨੂੰ ਸੁੰਨਸਾਨ ਜਗ੍ਹਾ 'ਤੇ ਜੰਗਲੀ ਏਰੀਏ 'ਚ ਲਿਜਾ ਕੇ ਉਹਦਾ ਰੇਪ ਕਰ ਦਿੱਤਾ ਗਿਆ। ਬੜੀ ਸ਼ਰਮਨਾਕ ਗੰਦੀ ਹਰਕਤ ਹੈ। ਦਿਨ ਬਾਅਦ ਦਿਨ ਸਾਡੀ ਪੰਜਾਬ 'ਚ ਇਹੋ ਜਿਹੇ ਕੰਮ ਹੁੰਦੇ ਆ ਜਿੱਥੇ ਸੂਰਬੀਰਾਂ ਦੀ ਗੁਰੂਆਂ ਪੀਰਾਂ ਦੀ ਧਰਤੀ 'ਤੇ ਇਹੋ ਜਿਹੇ ਕੰਮ ਹੋ ਰਹੇ ਆ, ਕਿੱਥੇ ਅਸੀਂ ਸੇਫ ਮਹਿਸੂਸ ਕਰ ਲਾਂਗੇ? ਪਹਿਲੀ ਗੱਲ ਤਾਂ ਕੁੜੀਆਂ ਨੂੰ ਕਦੀ ਅਣਜਾਣ ਬੰਦੇ ਨਾਲ ਨਾ ਬੈਠੋ। ਕਿਸੇ ਬੰਦੇ ਨੇ ਤੁਹਾਨੂੰ ਐਡਰੈਸ ਪੁੱਛਿਆ ਉਹਦੇ ਨਾਲ ਅਸੀਂ ਕਿਸੇ ਬੰਦੇ ਨੂੰ ਬੁਲਾਉਣ ਤੋਂ ਪਹਿਲਾਂ ਵੀ ਅਣਜਾਣ ਬੰਦੇ ਨੂੰ ਅਸੀਂ 100 ਵਾਰੀ ਸੋਚਦੇ ਹਾਂ ਨਾ ਬੈਠੋ ਕਿਸੇ ਨੇ ਤਾਂ। ਤੁਹਾਨੂੰ ਨਹੀਂ ਪਤਾ ਸਾਹਮਣੇ ਵਾਲੇ ਦੀ ਕਿਹੋ ਜਿਹੀ ਸੋਚ ਹੈ, ਚੰਗੀ ਸੋਚ ਹੈ, ਮਾੜੀ ਸੋਚ ਹੈ। ਸੋ ਬਹੁਤ ਸ਼ਰਮ ਆ ਰਹੀ ਆ। ਉਹਦੇ ਸਕੈਚ ਜਾਰੀ ਕੀਤੇ ਗਏ ਨੇ, ਸਕੈਚ ਜਾ ਕੇ ਸੋਸ਼ਲ ਮੀਡੀਆ ਉੱਤੇ ਫੋਲੋ ਕਰੇ ਬੰਦਾ ਲੱਭੋ, ਇਹੋ ਜਿਹੀ ਸਕੈਚ ਮੈਂ ਪੋਸਟ ਕਰਦੀ ਹਾਂ ਆਪਣੇ ਪੇਜ ਉੱਪਰ ਵੀ। ਸੋ ਪੁਲਿਸ ਨੂੰ ਵੀ ਜਲਦੀ ਐਕਸ਼ਨ ਲੈਣਾ ਚਾਹੀਦਾ ਸੀ। ਸੁਣਨ 'ਚ ਆਇਆ ਕਿ ਬੜੀ ਲੇਟ ਐਕਸ਼ਨ ਲਿਆ ਗਿਆ ਇਸ ਚੀਜ਼ ਉੱਪਰ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।